ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਬਾਈ ਜੀ, ਜਿਹੜੇ ਆਪਣੀ ਵੀਡੀਓ ਦੇਖਦੇ ਨੇ ਬਾਈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਈ। ਅੱਜ ਆਪਾਂ ਤੁਹਾਡੇ ਵਾਸਤੇ ਵੀਰੇ ਬੱਕਰੀਆਂ ਲਿਆਏ ਤੁਹਾਨੂੰ ਦਿਖਾਉਣ ਵਾਸਤੇ, ਜਾਂ ਕਿਸੇ ਵੀ ਬਾਈ ਨੂੰ ਲੋੜ ਹੋਵੇ ਬਾਈ ਤਾਂ ਬੱਕਰੀਆਂ ਬਿਲਕੁਲ ਜਾਇਜ਼ ਰੇਟ ਦੇ ਵਿੱਚ ਚੈੱਕ ਕਰ ਸਕਦੇ ਹੋ ਬਾਈ। ਸਾਫ਼ ਸੁਥਰੀਆਂ ਬੱਕਰੀਆਂ ਨੇ ਬਾਈ, ਰੰਗਦਾਰ ਆਹ ਪੱਠਾ ਹੋ ਗਿਆ ਜਿਵੇਂ ਭਲੂਣਾ ਬਾਈ, ਇਹ ਸੂਈ ਹੋਈ ਪੱਠਾ ਵੀਰੇ, ਮਗਰ ਬੱਚਾ ਇਹਦੇ, ਇਹ ਦੇਖ ਸਕਦੇ ਹੋ ਵੀਰੇ ਪਹਿਲੇ ਸੂਏ ਨੇ ਵੀਰੇ, ਸਾਰੀਆਂ ਪੱਠਾਂ ਦੇਖ ਲਓ ਪਹਿਲੇ ਤੋਂ ਦੂਜੇ ਸੂਏ ਬਾਈ ਜੀ, ਚੈੱਕ ਕਰ ਸਕਦੇ ਹੋ ਵੀਰੇ ਆਹ ਪੱਠ ਵੀਰੇ, ਪਹਿਲੇ ਸੂਏ ਕ੍ਰੋਸ ਕਰਾਈ ਆ, ਹੁਣ ਚੈੱਕ ਕਰੋ ਵੀਰੇ ਇਹ ਪਹਿਲੇ ਸੂਏ ਕ੍ਰੋਸ ਕਰਾਈ ਆ ਬਾਈ ਜੀ, ਇਹਨੂੰ ਲੱਗੀ ਨੂੰ ਅੱਜ 5-4 ਦਿਨ ਹੋਏ ਨੇ ਵੀਰੇ, ਆਹ ਚੈੱਕ ਕਰ ਸਕਦੇ ਹੋ ਠੀਕ ਆ ਜੀ। ਮੂੰਹ ਸਿਰ ਦੀ ਸਿੰਗੀ ਦੀ ਬਹੁਤ ਸਾਫ਼ ਸੁਥਰੀ ਪੱਠ ਆ ਬਾਈ, ਆਹ ਦੇਖੋ ਵੀਰੇ ਜਿਵੇਂ ਆਹ ਬੱਕਰੀਆਂ ਹੋ ਗਈਆਂ ਵੀਰੇ, ਸੂਈ ਹੋਈ ਆ ਇਹ ਪੱਠ, ਇਹਦੇ ਥੱਲੇ ਇੱਕ ਬੱਚਾ ਬਾਈ ਜੀ, ਇਹ ਲਾਲ ਲੋਹੀ ਆ ਵੀਰੇ, ਬਹੁਤ ਸਾਫ਼ ਸੁਥਰੀ ਬੱਕਰੀ ਆ ਵੀਰੇ, ਆਹ ਕਾਲੇ ਰੰਗ 'ਚ ਆ ਗਈ ਵੀਰੇ ਚਿੱਟੀ ਅੱਖ ਦੇ ਵਿੱਚ, ਇਹ ਵੀ ਗੱਭਣ ਆ ਬਾਈ ਜੀ 3 ਕੁ ਮਹੀਨਿਆਂ ਦੀ, ਆਹ ਦੇਖੋ ਵੀਰੇ ਬਹੁਤ ਸਾਫ਼ ਸੁਥਰੀ ਆ ਇਹ, ਆਹ ਬੱਕਰੀ ਤਿਆਰ ਆ ਵੀਰੇ ਸੂਣ ਨੂੰ ਤੀਜੇ ਸੂਏ ਠੀਕ ਆ ਜੀ। ਆਹ ਦੇਖੋ ਜੀ ਬਾਈ ਜੀ, ਹਾਂ ਰੇਟ ਵੀ ਬਾਈ ਜੀ ਜਾਇਜ਼ ਹੋਣਗੇ, ਇਹ ਸਾਰੀ 17,000 ਨੂੰ ਪੱਟੀ ਬਾਈ ਜੀ ਦੇ ਦਾਂਗੇ, ਜਿਹੜੀਆਂ ਬੱਕਰੀਆਂ ਤੁਹਾਨੂੰ ਆਪਾਂ ਦਿਖਾਉਣ ਲੱਗ ਰਹੇ ਹਾਂਗੇ ਸਾਰੀਆਂ ਕਿਸੇ ਬਾਈ ਨੇ ਲੈਣੀਆਂ ਹੋਣ ਤਾਂ ਵੀਰੇ 17,000 ਨੂੰ। ਆਹ ਪੱਟ ਪਹਿਲੇ ਸੂਏ ਸੂਗੀ ਬਾਈ ਲਾਲ ਸ਼ੇਰੀ, ਦੇਖੋ ਜੀ ਇਹ 2 ਦੰਦ ਤੇ ਆ ਬਾਈ ਜੀ, ਹੁਣ ਇਹ ਵੀ ਸੂਣ ਵਾਲੀ ਆ ਵੀਰੇ, ਜਿਵੇਂ ਆਹ ਪੱਠ ਆ ਗਈ ਵੀਰੇ ਹੁਣ ਕ੍ਰੋਸ ਕਰਾਈ ਹੈਗੀ ਠੀਕ ਹੈ ਜੀ, ਇਹ ਦੂਜੇ ਸੂਏ ਬਾਈ ਜੀ ਹੁਣ ਕ੍ਰੋਸ ਹੋਈ ਆ, ਆਹ ਬੱਕਰੀ ਹੁਣ ਦੀ ਕ੍ਰੋਸ ਹੋਈ ਹੋਈ ਆ ਵੀਰੇ, ਚੈੱਕ ਕਰੋ ਥੋੜਾ ਜਿਹਾ ਦੁੱਧ ਦਿੰਦੀ ਆ, ਬਿਲਕੁਲ ਨਵੀਂ ਆ ਬਾਈ ਦੇਖੋ, ਓਕੇ ਆ ਬਾਈ ਜਮਾ, ਆਹ ਆ ਗਈ ਵੀਰੇ ਸੂਈ ਹੋਈ, ਆਹ ਬੱਚਾ ਵੀਰੇ ਮਗਰ ਇਹ ਵੀ ਦੂਜੇ ਸੂਏ ਸੂਈ ਹੋਈ ਆ ਵੀਰੇ, ਆਹ ਪੱਠ ਆ ਬਾਈ ਇਹ ਵੀ ਸੂਈ ਹੋਈ ਆ ਬਾਈ, ਇਹਦੇ ਥੱਲੇ ਵੀ ਬੱਚਾ ਡੱਬੀ ਤਾ ਠੀਕ ਹੈ ਜੀ, ਚੈੱਕ ਕਰ ਲਓ ਬਾਈ ਆਹ ਪਹਿਲੇ ਸੂਏ ਸੂਣ ਵਾਲੀ ਆ ਵੀਰੇ, ਦੇਖੋ ਜੀ ਤਾਂ ਬਹੁਤ ਸਾਫ਼ ਸੁਥਰੇ ਜਾਨਵਰ ਨੇ ਵੀਰੇ, ਬਿਲਕੁਲ ਜਾਇਜ਼ ਰੇਟ ਦੇ ਵਿੱਚ ਬਾਈ ਜੀ ਦੇਵਾਂਗੇ, ਆਹ ਦੇਖੋ ਜੀ ਇਹ ਪੱਠ ਹੋਣ ਦੀ ਲੱਗੀ ਹੋਈ ਆ ਵੀਰੇ, ਚੈੱਕ ਕਰ ਲਓ ਇਹ ਵੀ ਪੁੱਠ ਸਾਫ਼ ਹੋ ਰਹੀ ਲਾਲ ਨਾਗਰੀ, ਆਹ ਦੇਖੋ ਵੀਰੇ ਆਹ ਕਾਲੇ 'ਚ ਆ ਗਈ ਬਾਈ, ਇਹ 3 ਮਹੀਨਿਆਂ ਦੀ ਗੱਭ ਆ ਬਾਈ ਜੀ, ਚੈੱਕ ਕਰੋ ਬਹੁਤ ਹੀ ਸਾਫ਼ ਸੁਥਰੇ ਜਾਨਵਰ ਨੇ ਵੀਰੇ, ਬਿਲਕੁਲ ਜਾਇਜ਼ ਰੇਟ ਦੇ ਵਿੱਚ ਆ ਬਾਈ, ਆਹ ਦੇਖੋ ਜੀ ਇਹ ਵੀ ਪੱਠ ਹੋਣ ਦੀ ਕ੍ਰੋਸ ਕਰਾਈ ਹੋਈ ਆ ਵੀਰੇ 1 ਮਹੀਨੇ ਦੀ, ਇਹ ਵੀਰੇ ਕਾਲੀ ਡੱਬੀ ਚਿੱਟੇ ਡੱਬੇ 'ਚ ਆ ਗਈ ਬਾਈ ਜੀ, ਦੇਖੋ ਆਹ ਦੇਖੋ ਬਿਲਕੁਲ ਨਵੀਂ ਆ ਵੀਰੇ, ਕੋਈ ਬੱਕਰੀ ਇਹਨਾਂ 'ਚ ਵੱਡੀ ਨਹੀਂ ਬਾਈ, ਪਹਿਲੇ ਦੂਜੇ ਸੂਏ ਪੱਠਾ ਨਹੀਂ, ਆਹ ਬੱਕਰੀ ਆ ਗਈ ਵੀਰੇ ਨਵੀਂ ਜਮਾਂ, ਇਹਦੇ ਥੱਲੇ ਵੀ ਇੱਕ ਬੱਚਾ ਬਾਈ ਜੀ, ਚੈੱਕ ਕਰ ਲਓ ਕਾਲੀ ਡੱਬੀ ਵੀਰੇ ਠੀਕ ਆ ਜੀ, ਆਹ ਪੱਠ ਆ ਗਈ ਵੀਰੇ ਦੁੱਧ ਦਿੰਦੀ ਆ, ਹੁਣ ਦੀ ਕ੍ਰੋਸ ਆ ਬਾਈ, ਆਹ ਦੇਖੋ ਜੀ ਠੀਕ ਆ ਜੀ, ਦੇਖ ਸਕਦੇ ਹੋ ਵੀਰੇ ਨਵੇਂ ਜਾਨਵਰ ਨੇ, ਆਹ ਪੱਠ ਵੀਰੇ ਦੂਜੇ ਸੂਏ ਦੇ ਵਿੱਚ ਆ ਗਈ, ਇਹਦੇ ਥੱਲੇ 2 ਬੱਚੇ ਨੇ ਬਾਈ ਜੀ ਕਾਲੇ ਰੰਗ ਦੇ, ਆਹ ਦੇਖੋ ਜੀ ਬਿਲਕੁਲ ਨਵੇਂ ਜਾਨਵਰ ਨੇ ਵੀਰੇ, ਪਹਿਲੇ ਤੋਂ ਦੂਜੇ ਸੂਏ, ਚੈੱਕ ਕਰ ਸਕਦੇ ਹੋ ਵੀਰੇ, ਕਿਸੇ ਵੀ ਬਾਈ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਕਨੈਕਟ ਕਰ ਲਏ ਵੀਰੇ, ਤਾਂ ਇਹ ਬਹੁਤ ਵਧੀਆ ਵੀਰੇ ਜਾਨਵਰ ਨੇ ਦੇਖੋ ਨਵੇਂ, ਜਿਹਨੇ ਕਿਸੇ ਬਾਈ ਨੇ ਵੀਰੇ ਨਵਾਂ ਕੰਮ ਸਟਾਰਟ ਕਰਨਾ ਆ ਤਾਂ ਉਹਦੇ ਵਾਸਤੇ ਇਹ ਬਹੁਤ ਵਧੀਆ ਜਾਨਵਰ ਨੇ ਵੀਰੇ, ਬਿਲਕੁਲ ਭਾਅ ਦੇ ਵਿੱਚ ਨੇ, ਆਹ ਬੱਕਰੀ ਆ ਗਈ ਵੀਰੇ ਦੇਖੋ ਲਾਲ ਡੱਬੀ, ਇਹਦੇ ਥੱਲੇ ਬਾਈ ਜੀ ਇੱਕ ਬੱਚਾ ਆ ਠੀਕ ਹੈ ਜੀ, ਆਹ ਦੇਖ ਸਕਦੇ ਹੋ ਵੀਰੇ ਇਹ ਵੀ ਬਿਲਕੁਲ ਨਵੀਂ ਆ ਵੀਰੇ, ਚੈੱਕ ਕਰੋ ਇੱਧਰ ਦੇਖੋ ਜੀ ਦੰਦਾਂ ਦੀਆਂ ਬਾਈ, ਸਾਰੀਆਂ ਬੱਕਰੀਆਂ ਨਵੀਆਂ ਨੇਗੀਆਂ, ਕਿਸੇ ਵੀ ਬਾਈ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਕਨੈਕਟ ਜ਼ਰੂਰ ਕਰ ਸਕਦਾ ਵੀਰੇ, ਆਹ ਦੇਖੋ ਜੀ ਵਧੀਆ ਜਾਨਵਰ ਨੇ ਬਾਈ ਸਾਰੇ ਤਾਂ ਨਵੇਂ ਨੇਗੇ, ਕਿਸੇ ਬਾਈ ਨੂੰ ਲੋੜ ਹੋਵੇ ਵੀਰੇ
ਵਧੀਆ ਜਾਨਵਰਾਂ ਦੀ ਨਵਿਆਂ ਦੀ, ਤਾਂ ਆਪਣੇ ਨਾਲ ਕਨੈਕਟ ਕਰਕੇ ਜਦੋਂ ਮਰਜ਼ੀ ਆ ਸਕਦਾ ਬਾਈ, ਬਿਲਕੁਲ ਜਾਇਜ਼ ਰੇਟ ਦੇ ਵਿੱਚ, ਤਾਂ ਬਿਲਕੁਲ ਨਵੇਂ ਪਸ਼ੂ ਮਿਲਣਗੇ ਵੀਰੇ, ਜੋ ਗਰੰਟੀ ਦੇਵਾਂਗੇ ਬਾਈ। ਠੀਕ ਹੈ ਜੀ, ਚੈੱਕ ਕਰ ਸਕਦੇ ਹੋ ਬਾਈ, ਤਾਂ ਬਹੁਤ ਵਧੀਆ ਜਾਨਵਰ ਨੇ ਵੀਰੇ।